खोलो दरवाजा, खोलो देखो। ताले भी ताई लाए थे अपना, कोई आके देखते हैं अपना। देखो अंदर जाके देखो, पास में बैक साइड है ना, ताला लगा है, ताला लगा। अच्छा ठीक है, वो तो पास में वो ये बंद था, और सेवा वाला कौन है वो ये ना, खुलवाओ जिसमें हां कोई खुलवाए, बिल्कुल जी खुलवाए, तो स्टोर है, बाथरूम में खुलवाओ, एक बार बाथरूम भी खुलवाना, पर वो कह रहा है आओ एक बार। लगा पुराना वर्किंग नहीं है, भाई साहब जो भी रोज बाबा जी सवारी उत्ते लेके जाते हैं, रोज ताला खोल देने पहले, वो भी सुखासन का कमरा है, स्टोर रूम। दरी तक भी नहीं, अंदर कारपेट भी नहीं है, कुछ भी नहीं है। और वो मेरे को रिकॉर्डिंग है जिसके बीच पिंकी जी है, कह रहे हैं कि बहुत वेल फर्निश्ड बनया है ऑलरेडी ऊपर। थले कोई दरी नहीं, कोई कारपेट नहीं, सीलन की स्मेल की नहीं, थोड़ी बहुत खिड़की खुली रहनी चाहिए ता निकलदी सीलन दी स्मेल। वाहिगुरु जी का खालसा वाहिगुरु जी की फतेह। सतसंग जी, आपां इस टाइम खड़े हां दरियागंज सिंह सभा गुरुद्वारे, ਜਿਹਦਾ ਆਪਣਾ ਮੈਟਰ ਤਿੰਨ ਚਾਰ ਦਿਨ ਪਹਿਲੇ ਸੋਸ਼ਲ ਮੀਡੀਆ 'ਤੇ ਬਹੁਤ ਆਪਣਾ ਆ ਰਿਹਾ ਸੀਗਾ ਕਿ ਗੁਰੂ ਸਾਹਿਬ ਦੀ ਰੋਜ਼ ਇੱਥੇ ਬਿਦ ਵੀ ਹੋ ਰਹੀ ਹੈ ਆਪਣਾ, ਜਦੋਂ ਗੁਰੂ ਸਾਹਿਬ ਦਾ ਸੁਖਾਸਨ ਹੁੰਦਾ ਆਪਣਾ, ਸੁਖਾਸਨ ਦਾ ਜਿਹੜਾ ਕਮਰਾ ਹੈਗਾ ਉਹ ਬਾਬਾ ਜੀ ਦਾ ਨੀਚੇ ਆਪਣਾ ਬਣਾਉਣ ਦੀ ਗੱਲ ਚੱਲ ਰਹੀ ਸੀਗੀ ਜਿਹੜੀ ਵਿੱਚ ਰੁਕਵਾ ਦਿੱਤੀ ਗਈ। ਹੁਣ ਇਸ ਟਾਈਮ ਅਸੀਂ ਸੁਖਾਸਨ ਵਾਲੇ ਬਾਬੇ ਦੇ ਕਮਰੇ 'ਚ ਖੜੇ ਹਾਂ, ਤੁਸੀਂ ਇਹ ਹਾਲ ਦੇਖ ਸਕਦੇ ਹੋ ਬਾਬੇ ਦੇ ਕਮਰੇ ਦਾ, ਇਹ ਰੱਸੀਆਂ ਬੰਨ ਕੇ ਆਪਣਾ ਮਹਾਰਾਜ ਦੇ ਜਿਹੜੇ ਸਾਹਿਬ ਨੂੰ, ਇਹ ਦੇਖੋ ਇਹ ਪਾਈਪਾਂ ਦੇ ਨਾਲ ਇੱਦਾਂ ਕਿੱਦਾਂ ਬੰਨਿਆ ਹੋਇਆ, ਔਰ ਇਹ ਜਿਹੜੀ ਛੱਤ ਹੈ ਮਹਾਰਾਜ ਦੀ, ਇਹ ਪਲਾਈਆਂ ਰੱਖੀਆਂ ਹੋਈਆਂ ਨੇ ਉੱਤੇ, ਸਿਰਫ ਪਲਾਈਆਂ। ਔਰ ਇਹ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਹ ਗੁਰੂ ਆਪਣਾ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਦਿੱਲੀ ਕਮੇਟੀ ਦੇ ਅੰਡਰ ਹੈ, ਔਰ ਮੈਂ ਕਹਿੰਦਾ ਕਮੇਟੀ ਕੋ ਕਿਸ ਚੀਜ਼ ਦੀ ਘਾਟ ਹੈ, ਗੁਰੂ ਘਰ ਦੇ ਅੰਦਰ ਕਿਸ ਚੀਜ਼ ਦੀ ਘਾਟ ਹੈ ਕਿ ਗੁਰੂ ਸਾਹਿਬ ਦੀ ਇੰਨੀ ਬਿਦ ਵੀ ਹੋ ਰਹੀ ਹੈ। ਔਰ ਇਹ ਮਹਾਰਾਜ ਦਾ ਬੈਡ, ਇਹ ਦੇਖੋ ਇਹ ਮਹਾਰਾਜ ਦਾ ਸੁਖਾਸਨ ਉਹਨਾਂ ਜਿਹੜਾ ਹੈਗਾ, ਇਹ ਦੇਖ ਸਕਦੇ ਆਪ ਜੀ ਵੀ ਇਹ ਕਿਸ ਤਰ੍ਹਾਂ ਪਾਈਪ ਬੰਨੇ ਹੋਏ ਨੇ, ਔਰ ਇਹ ਪਲਾਈਆਂ ਦੇਖੋ, ਸਿਰਫ ਪਲਾਈਆਂ ਦੇਖੋ, ਸਿਰਫ ਪਲਾਈ ਰੱਖੀ ਹੋਈ ਹੈ ਉੱਪਰ ਬਸ। ਅੱਜ ਅਸੀਂ ਪੂਰੀ ਵਿਚਾਰਾ ਕਰਾਂਗੇ ਆਪਣਾ, ਸਾਰੇ ਮੇਰੇ ਵੀਰ ਆਪਣਾ ਨਾਲ ਆਏ ਹੋਏ ਨੇ ਮੇਰੇ, ਅਸੀਂ ਆਪਣਾ ਜਿਹੜੇ ਦਿੱਲੀ ਕਮੇਟੀ ਦੇ ਇੱਧਰ ਦੇ ਮੈਂਬਰ ਨੇ ਪਿੰਕੀ ਜੀ, ਉਹਨਾਂ ਨੂੰ ਮੈਂ ਆਪਣਾ ਬੇਨਤੀ ਕਰਦਾ ਕਿ ਤੁਸੀਂ ਆਪਣਾ ਗੁਰੂ ਘਰ ਦੇ ਵਿੱਚ ਆਓ, ਮੈਂ ਹੁਣ ਉਹਨਾਂ ਨੂੰ ਫੋਨ ਵੀ ਕਰਾਂਗਾ, ਔਰ ਗੁਰੂ ਘਰ 'ਚ ਬੈਠ ਕੇ ਅਸੀਂ ਸਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੰਨੀ ਮਹਾਰਾਜ ਦੀ ਬੇਦਵੀ ਰੋਜ਼ ਕਿਉਂ ਹੋ ਰਹੀ ਹੈ, ਇਹ ਤੁਸੀਂ ਕਿਉਂ ਇਹੋ ਜਿਹੇ ਕੰਮ ਕਰਾ ਰਹੇ ਹੋ, ਅਸੀਂ ਗੱਲਾਂ 'ਤੇ ਬੜੀਆਂ ਵੱਡੀਆਂ ਵੱਡੀਆਂ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਰੋਜ਼ ਇਸ ਤਰ੍ਹਾਂ ਬੇਦਵੀਆਂ ਹੁੰਦੀਆਂ ਨੇ। ਇਹ ਮਹਾਰਾਜ ਦਾ ਥੱਲੇ ਦੇਖ ਸਕਦੇ ਹੋ ਆਪ ਜੀ, ਜਿਸ ਤਰ੍ਹਾਂ ਫਰਸ਼ ਦੇਖੋ, ਨਾ ਇੱਥੇ ਕੋਈ ਦਰੀ ਹੈ, ਨਾ ਹੀ ਇੱਥੇ ਕੋਈ ਆਪਣਾ ਕਾਰਪੈਟ ਹੈ। ਜੇ ਗੁਰੂ ਸਾਹਿਬ ਜਿੱਥੇ ਵਿਰਾਜਮਾਨ ਹੋਣ ਔਰ ਉੱਥੇ ਉਹਨਾਂ ਦਾ ਸਿੰਘਾਸਨ ਇੱਦਾਂ ਦਾ ਹੋਏ, ਤਾਂ ਮੈਂ ਕਹਿੰਦਾ ਬੜੀ ਹੀ ਸ਼ਰਮ ਵਾਲੀ ਔਰ ਬੜੀ ਨਿੰਦਾ ਵਾਲੀ ਇਹ ਗੱਲ ਹੈ ਕਿ ਮਤਲਬ ਕਿ ਅਸੀਂ ਕੀ ਮਤਲਬ ਕਿ ਕਰ ਰਹੇ ਹਾਂ, ਅਸੀਂ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਰੋਜ਼ ਕਰੀਏ ਔਰ ਅਸੀਂ ਗੁਰੂ ਸਾਹਿਬ ਦੀ ਆਪ ਬੇਦਵੀ ਰੋਜ਼ ਕਰਵਾ ਰਹੇ ਹਾਂ, ਬਹੁਤ ਹੀ ਇਹ ਸ਼ਰਮ ਵਾਲੀ ਗੱਲ ਹੈ।
ਹੁਣ ਅਸੀਂ ਨੀਚੇ ਚੱਲ ਗਏ ਆਪਣਾ ਪਿੰਕੀ ਨੂੰ ਮੈਂ ਫੋਨ ਕਰਾਂਗਾ ਫੋਨ ਕਰਕੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਉਹਨਾਂ ਕੋਲ ਪੂਰੀ ਗੱਲਬਾਤ ਹੈ ਪੁੱਛਾਂਗੇ ਵੀ ਇਹ ਤੁਸੀਂ ਕਿਉਂ ਇਹ ਕੰਮ ਇਸ ਤਰ੍ਹਾਂ ਕਰਾ ਰਹੇ ਹੋ ਔਰ ਜਿਹੜੇ ਬੰਦੇ ਜਿਹੜੇ ਸਿੰਘ ਸਾਹਿਬ ਆਪਣਾ ਇਸ ਚੀਜ਼ ਦੀ ਆਵਾਜ਼ ਚੁੱਪਦੇ ਨੇ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਆਪ ਜੀ ਨੇ ਦੇਖਿਆ ਸੀ ਤਿੰਨ ਚਾਰ ਆਪਣਾ ਪਿਛਲੇ ਦਿਨ ਐਨ ਬਲੋਕ ਮੰਗੋਲਪੁਰੀ ਦਾ ਜਿਹੜਾ ਗੁਰਦੁਆਰਾ ਸੀਗਾ ਉੱਥੇ ਵੀ ਰਣਜੀਤ ਸਿੰਘ ਜੀ ਨੇ ਆਪਣਾ ਆਵਾਜ਼ ਚੱਕੀ ਸੀ ਕਿਉਂਕਿ ਉੱਥੇ ਦੇ ਜਿਹੜੇ ਗ੍ਰੰਥੀ ਸਾਹਿਬ ਸੀਗੇ ਉਹ ਆਪਣਾ ਰੋਜ਼ ਉੱਥੇ ਆਫਿਸ ਦੇ ਵਿੱਚ ਬੈਠ ਕੇ ਸ਼ਰਾਬਾਂ ਪੀਂਦੇ ਸੀ ਉਹ ਜਿਹੜਾ ਬੰਦਾ ਸ਼ਰਾਬਾਂ ਪੀਂਦਾ ਸੀ ਉਹ ਅੱਜ ਵੀ ਉੱਥੇ ਹੀ ਹੈ ਔਰ ਜਿਹੜੇ ਆਪਣਾ ਸ਼ਰਾਬ ਨੂੰ ਰੋਕ ਲਗਾਉਣ ਵਾਸਤੇ ਆਪਣਾ ਰੋਜ਼ ਆਪਣਾ ਕਹਿ ਰਹੇ ਸੀਗੇ ਵੀ ਇਹ ਗਲਤ ਕੰਮ ਇੱਥੇ ਹੋ ਰਿਹਾ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਗਈ ਉਹੀ ਕੰਮ ਹੁਣ ਸੇਮ ਇੱਥੇ ਹੋਇਆ ਇਸ ਗੁਰਦੁਆਰੇ ਵਿੱਚ ਅੱਜ ਆਪ ਗੁਰਦੁਆਰਾ ਸਾਹਿਬ ਜੀ ਦਾ ਦੇਖ ਸਕਦੇ ਹੋ ਇਹ ਨੀਚੇ ਇੱਥੇ ਮਹਾਰਾਜ ਦਾ ਪ੍ਰਕਾਸ਼ ਹੈ ਔਰ ਇਹ ਕੋਨੇ ਵਿੱਚ ਮਹਾਰਾਜ ਦਾ ਆਪਣਾ ਕਮਰਾ ਬਣਨ ਦੀ ਗੱਲਬਾਤ ਚੱਲ ਰਹੀ ਸੀਗੀ ਜਿਹੜੀ ਇਹਨਾਂ ਨੇ ਵਿੱਚ ਕਮੇਟੀ ਜਿਹੜੀ ਇੱਥੇ ਪਹਿਲੇ ਵਾਲੀ ਪੁਰਾਣੀ ਕਮੇਟੀ ਸੀ ਉਹਨਾਂ ਨੇ ਇਹ ਰੁਕਵਾ ਦਿੱਤਾ ਮੈਂ ਪੁੱਛਣਾ ਚਾਹੁੰਦਾ ਕਮੇਟੀ ਉਹ ਜਦ ਤੁਸੀਂ ਆਪਣਾ ਗੁਰੂ ਘਰ ਦੀ ਸੰਭਾਲ ਆਪਣੇ ਹੱਥ ਵਿੱਚ ਲਿੱਤੀ ਹੋਈ ਹੈ ਦਿੱਲੀ ਕਮੇਟੀ ਦੇ ਅੰਡਰ 'ਚ ਗੁਰਦੁਆਰਾ ਹੈਗਾ ਵੇ ਫਿਰ ਪੁਰਾਣੀ ਕਮੇਟੀ ਦਾ ਮਤਲਬ ਕੀ ਹੈ ਪੁਰਾਣੀ ਕਮੇਟੀ ਕਿਉਂ ਇਸ ਚੀਜ਼ ਦੇ ਦਖਲਅੰਦਾਜ਼ੀ ਦੇ ਰਹੀ ਹੈ ਪਹਿਲੇ ਤਾਂ ਤੁਸੀਂ ਇਸ ਚੀਜ਼ ਦਾ ਦੱਸੋ ਵੀ ਇਹ ਕਮੇਟੀ ਉਹਨਾਂ ਦੇ ਅੰਡਰ 'ਚ ਹੈ ਜਾਂ ਇੱਕ ਗੁਰਦੁਆਰਾ ਸਾਹਿਬ ਆਪ ਜੀ ਦੇ ਅੰਡਰ 'ਚ ਹੈ ਮੈਂ ਕਹਿ ਰਿਹਾ ਕਿਸੇ ਦੇ ਅੰਡਰ 'ਚ ਵੀ ਹੋਵੇ ਗੁਰੂ ਘਰ ਦੀ ਆਪਣਾ ਸੰਭਾਲ ਕਰਨਾ ਗੁਰੂ ਸਾਹਿਬ ਦੀ ਆਪਣਾ ਪੂਰਾ ਸਤਿਕਾਰ ਕਰਨਾ ਇਹ ਹਰ ਸਿੱਖ ਦਾ ਫਰਜ਼ ਹੈਗਾ ਵੇ ਔਰ ਜੇ ਅਸੀਂ ਅਗਰ ਇਹ ਖੁਦ ਗਲਤ ਕੰਮ ਕਰਦੇ ਹਾਂ ਤਾਂ ਅਸੀਂ ਬਹੁਤ ਹੀ ਮਤਲਬ ਕਿ ਆਪਣੇ ਆਪ ਨੂੰ ਮੈਂ ਤਾਂ ਇਹ ਕਹਿੰਦਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਇੰਨੀ ਵੱਡੀ ਵੱਡੀ ਗੱਲਾਂ ਕਰੀਏ ਔਰ ਆਪਣਾ ਗੁਰੂ ਮਹਾਰਾਜ ਦਾ ਅਸੀਂ ਇਹ ਹਾਲ ਕਰੀਏ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਅਤੇ ਮੈਂ ਆਪਣਾ ਹੁਣ ਨੀਚੇ ਚੱਲਾਂਗੇ ਨੀਚੇ ਲੈ ਕੇ ਅਸੀਂ ਸਾਰੀ ਗੱਲਬਾਤ ਕਰਾਂਗੇ ਪਿੰਕੀ ਜੀ ਨੂੰ ਅਸੀਂ ਫੋਨ ਕਰਦੇ ਹਾਂ ਸਾਰੀ ਗੱਲਬਾਤ ਉਹਨਾਂ ਕੋਲ ਪੁੱਛਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਆਪ ਜੀ ਨੂੰ ਜਿਸ ਤਰ੍ਹਾਂ ਕਿ ਆਪਣਾ ਸਾਰੀ ਉੱਪਰ ਗੱਲਬਾਤ ਦੱਸੀ ਸੀਗੀ ਹੁਣ ਆਪਾਂ ਜਿੱਥੋਂ ਮਹਾਰਾਜ ਦਾ ਆਪਣਾ ਜਦੋਂ ਸੁਖਾਸਨ ਹੁੰਦਾ ਉਦੋਂ ਲੈ ਕੇ ਜਦੋਂ ਜਾਈਦਾ ਮਹਾਰਾਜ ਨੂੰ ਇਹ ਰਸਤੇ ਜਿਹੜਾ ਆਪਣਾ ਇਹ ਦੇਖੋ ਇਹ ਲੈਟਰਿੰਗ ਜਿਹੜੀ ਬਣੀ ਹੋਈ ਹੈ ਇਹ ਆਪਣਾ ਲੈਟਰਿੰਗਾਂ ਬਣੀਆਂ ਹੋਈਆਂ ਨੇ ਆਪ ਜੀ ਦੱਸੋ ਕਿ ਇਹ ਲੈਟਰਿੰਗਾਂ ਇਸ ਰਸਤੇ ਦੇ ਵਿੱਚ ਹੋਣੀ ਚਾਹੀਦੀ ਹੈ ਮਹਾਰਾਜ ਦਾ ਕਮਰਾ ਨੀਚੇ ਹੋਣਾ ਚਾਹੀਦਾ ਆਪਣਾ ਪੂਰਾ ਸਤਿਕਾਰ ਮਹਾਰਾਜ ਦਾ ਆਉਣਾ ਚਾਹੀਦਾ ਹੈ ਇਹ ਹੁਣ ਇਹਨਾਂ ਨੇ ਤਾਲੇ ਲਾਉਣੇ ਸ਼ੁਰੂ ਕੀਤੇ ਨੇ ਜਦੋਂ ਤਾਂ ਇਹ ਵਾਇਰਲ ਹੋਈ ਹੈ ਇਹਨੇ ਆਪਣਾ ਸੋਸ਼ਲ ਮੀਡੀਆ 'ਤੇ ਇਹ ਹੁਣ ਤਾਲਾ ਅਸੀਂ ਖੁਲਵਾਇਆ ਆਪਣਾ ਇੱਥੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿੰਕੀ ਜੀ ਬੋਲ ਰਹੇ ਨੇ ਪਿੰਕੀ ਜੀ ਦਾਸ ਰਵਿੰਦਰ ਸਿੰਘ ਸੰਧੂ ਬੋਲ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਥੋੜੀ ਵਿਚਾਰਾਂ ਕਰਨੀਆਂ ਨੇ ਠੀਕ ਹੈ ਜੀ ਵੀਰ ਜੀ ਆਪਣਾ ਮੈਂ ਪੁੱਛਣਾ ਚਾਹੁੰਦਾ ਕਿ ਅਗਰ ਕਮੇਟੀ ਦੇ ਅੰਡਰ ਹਾਂਜੀ 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 ਇਹ ਗੁਰਦੁਆਰਾ ਸਾਹਿਬ ਕਮੇਟੀ ਦੇ ਅੰਡਰ ਚ ਹੈ ਜਾਂ ਆਪਣਾ ਇੱਥੇ ਲੋਕਲ ਕਮੇਟੀ ਦੇ ਅੰਡਰ ਚ ਹੈ ਗੁਰਦੁਆਰਾ ਪੰਥਕ ਕਮੇਟੀ ਦਾ 30 ਸਾਲ ਤੋਂ ਹੈ ਤੇ ਇਹਨਾਂ ਨੇ ਇਹ ਗੁਰਦੁਆਰਾ ਬਣਾਇਆ ਸੀ ਨਾ ਪਿਛੋਰੀ ਵਾਲਿਆਂ ਨੇ ਹਾਂਜੀ ਆਪਣੇ ਗੁਰੂ ਬੱਚਨ ਸਾਹਿਬ ਨੇ ਹੱਥੀ ਬਣਾਇਆ ਸੀ ਉਹਨਾਂ ਨੇ ਹੈਂਡ ਓਵਰ ਕੀਤਾ ਸੀਗਾ ਤੇ ਕਮੇਟੀ ਨੇ ਕਿਹਾ ਸੀ ਗੁਰਦੁਆਰਾ ਅਸੀਂ ਲੈ ਰਹੇ ਹਾਂ ਪਰ ਤੁਹਾਡੀ ਜੋ ਮੈਨੇਜਮੈਂਟ ਕਮੇਟੀ ਹੈ ਉਹ ਕਾਇਮ ਰਹੇਗੀ ਤੁਸੀਂ ਇੱਥੇ ਦੇਖਭਾਲ ਕਰਦੇ ਰਹੋਗੇ ਤੇ ਬਾਕੀ ਸਾਰਾ ਜਿਹੜੇ ਅੰਡਰ ਹੋਏਗਾ ਗੁਰਦੁਆਰਾ ਕਮੇਟੀ ਦੇ ਸਰ ਅਗਲੀ ਗੱਲ ਪੁੱਛੋ ਵੀਰ ਜੀ ਮੈਂ ਆਪਣਾ ਹੁਣੇ ਸੁਖਾਸਨ ਵਾਲਾ ਮਹਾਰਾਜ ਦਾ ਕਮਰਾ ਦੇਖ ਕੇ ਆਇਆ ਸੁਖਾਸਨ ਵਾਲੇ ਕਮਰੇ ਦੇ ਵਿੱਚ ਇੰਨਾ ਬੁਰਾ ਹਾਲ ਹੈ ਕਿ ਜਿੱਥੇ ਮਹਾਰਾਜ ਦਾ ਆਪਣਾ ਸੁਖਾਸਨ ਹੋਇਆ ਉੱਥੇ ਆਪਣਾ ਸਾਰਾ ਇੱਕ ਛੱਤ ਪੂਰੀ ਪਲਾਈ ਰੱਖੀ ਹੋਈ ਹੈ ਪਾਈਪ ਸਾਰੇ ਟੁੱਟੇ ਪਏ ਨੇ ਪਰਦਿਆਂ ਦਾ ਬੁਰਾ ਹਾਲ ਹੈ ਥੱਲੇ ਕਾਰਪੇਟ ਕੋਈ ਨੀ ਵਿਛਿਆ ਹੋਇਆ ਥੱਲੇ ਕੋਈ ਦਰੀ ਨੀ ਵਿਛੀ ਹੋਈ ਔਰ ਦੂਸਰੀ ਗੱਲ ਮੈਂ ਆਪ ਜੀ ਨੂੰ ਹਾਂਜੀ ਪੁੱਛਣਾ ਸਾਰੀ ਗੱਲ ਹੈ ਹਾਂਜੀ ਨੋਲੇਜ ਪਾਉਣਾ ਦੂਸਰੀ ਗੱਲ ਵੀਰ ਜੀ ਅਸੀਂ ਇੱਥੇ ਬਨਾਂਦਾ ਥੱਲੇ ਪ੍ਰਪੋਜ਼ਲ ਰੱਖਿਆ ਸੀ ਕਮੇਟੀ ਨੂੰ ਹਾਂਜੀ ਪਰ ਉਹ ਜਿਹੜੇ ਸਿੰਘ ਸਾਹਿਬ ਆਪਣੇ ਸਰਵਣ ਸਿੰਘ ਜੀ ਹੈਗੇ ਨਾ ਹਾਂਜੀ ਉਹ ਜਿਹੜੇ ਗ੍ਰੰਥੀ ਸੀ ਨਾ ਉਹ ਥੋੜੀ ਚੁੱਪ ਕਰ ਗਏ ਵੀਰ ਜੀ ਉਹ ਚੁੱਪ ਇਹ ਕਰ ਗਏ ਕਿ ਉਹਨਾਂ ਨੇ ਕਿਸੇ ਪ੍ਰੇਮੀ ਕੋ ਸੇਵਾ ਲਈ ਪਰ ਕਿਸੇ ਨੂੰ ਦੱਸਿਆ ਨੀ ਨਾ ਮੈਨੇਜਮੈਂਟ ਕਮੇਟੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਨੂੰ ਪ੍ਰੋਪਰ ਚੈਨਲ ਚੱਲਦਾ ਸੀਗਾ ਜਿਸ ਤਰ੍ਹਾਂ ਮੈਨੂੰ ਵੀ ਨੀ ਦੱਸਿਆ ਇੱਕ ਰਾਤੀ ਨਾ ਕੋ ਮੈਂ ਕੁਛ ਆਇਆ ਤੇ ਉਹਨਾਂ ਨੂੰ ਮੈਂ ਲੋਕੀ ਇੱਥੇ ਮੰਗ ਰਹੇ ਸੀ ਇਲੈਕਸ਼ਨ ਦੇ ਫਾਰਮ ਤੇ ਲਿਸਟਾਂ ਨਾ ਹਾਂਜੀ ਤੇ ਇੱਕ ਰਾਤੀ ਹੀ ਉਹਨਾਂ ਨੂੰ ਮੈਂ ਦੇਖ ਕੇ ਗਿਆ ਸਾਰੇ ਫਾਰਮ ਤੇ ਲਿਸਟਾਂ ਬਾਹਰ ਪਕੜਾ ਉਹਨਾਂ ਨੇ ਮੇਰੇ ਨਾਲ ਵੀ ਜ਼ਿਕਰ ਨਹੀਂ ਕੀਤਾ ਕਿ ਸਵੇਰੇ ਕੰਮ ਸ਼ੁਰੂ ਹੋਣਾ ਚੱਕੀ ਮਟੀਰੀਅਲ ਅੰਦਰ ਪਿਆ ਹੋਇਆ ਸੀਗਾ ਮੇਰੀ ਗੱਲ ਸੁਣਿਆ ਥੋੜੀ ਧਿਆਨ ਨਾਲ ਸੁਣਨਾ ਹਾਂਜੀ ਹਾਂਜੀ ਤੇ
ਮੈਂ ਤੁਹਾਨੂੰ ਪਤਾ ਨਹੀਂ ਮੈਂ ਸੁੱਖੇ ਨਹੀਂ ਸਵੇਰੇ ਕੰਮ ਸ਼ੁਰੂ ਹੋਣਾ ਹੈ ਜੇ ਸਵੇਰੇ ਕੰਮ ਸ਼ੁਰੂ ਉਹਨਾਂ ਨੇ ਕੀਤਾ ਤੇ ਮੇਰੇ ਆਪਣੇ ਸਿਆਖੀ ਸਿੰਘ ਸਭਾ ਦੇ ਪ੍ਰਧਾਨ ਸ਼ੁਰੂ ਉਹਨਾਂ ਦੇ ਬੇਟੇ ਹੋ ਕੈਸ਼ੀਅਰ ਜਨਰਲ ਸੈਕਟਰੀ ਸਾਰੇ ਆ ਗਏ ਸੰਗਤ ਵੀ ਲਾ ਕੇ ਸੀ ਸਾਰੀ ਆ ਗਈ ਕਿ ਇਹ ਕੰਮ ਕੀ ਹੋ ਰਿਹਾ ਕਿਸੀ ਪਰਮਿਸ਼ਨ ਸ਼ੁਰੂ ਕਰ ਰਹੇ ਹੋ ਤੇ ਅਗਰ ਆਪਸ ਦੀ ਤੂੰ ਤੋਂ ਮੈਮ ਹੋਈ ਤੇ ਫਿਰ ਇਲਾਕੇ ਮੈਂਬਰ ਤੋਂ ਫੋਨ ਜਾਂਦਾ ਹੀ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਪੁੱਛਿਆ ਕੀ ਮੈਟਰ ਝਗੜਾ ਕਿਉਂ ਹੋ ਰਿਹਾ ਤੇ ਉਹਨਾਂ ਨੇ ਕਿਹਾ ਜੀ ਸੁਖਾਸ਼ਮ ਸਾਹਿਬ ਥੱਲੇ ਕਿਸੇ ਪ੍ਰੇਮੀ ਨੇ ਸੇਵਾ ਲਈ ਹੈ ਤੇ ਮੈਂ ਕਿਹਾ ਚੰਗੀ ਗੱਲ ਹੈ ਪ੍ਰੇਮੀ ਲਈ ਤਾਂ ਬਹੁਤ ਚੰਗੀ ਗੱਲ ਹੈ ਪਰ ਇਹ ਕਿਸੇ ਨੌਲੇਜ ਕਹਿੰਦਾ ਜੀ ਹਾਂ ਮੇਰੇ ਕੋਲ ਦਿੱਲੀ ਕਮੇਟੀ ਦੀ ਪਰਮਿਸ਼ਨ ਹੈ ਉਹ ਸਰਨ ਸਿੰਘ ਜੀ ਨੇ ਬੋਲਿਆ ਮੈਂ ਕਿਹਾ ਬਹੁਤ ਠੀਕ ਹੈ ਤੁਹਾਡੇ ਕੋਲ ਦਿੱਲੀ ਕਮੇਟੀ ਦੀ ਪਰਮਿਸ਼ਨ ਹੈ ਤੇ ਮੈਂ ਆ ਰਿਹਾ ਹੁਣੇ ਔਰ ਮੈਂ ਖੜਾ ਹੋ ਕੇ ਬਣਵਾਊਂਗਾ ਕੋਈ ਕੋਈ ਬੰਦਾ ਇਹਨੂੰ ਲਾ ਨਹੀਂ ਕਰ ਸਕਦਾ ਕਿਉਂਕਿ ਦਿੱਲੀ ਕਮੇਟੀ ਦਾ ਗੁਜ਼ਾਰਾ ਉਹਦੀ ਆਰਡਰ ਪਰਮਿਸ਼ਨ ਦਾ ਕੌਣ ਕੋ ਰੋਕੇਗਾ ਇਹ ਗੱਲ ਫਿਰ ਮੈਂ ਸਿੰਘ ਸਭਾ ਵਾਲਿਆਂ ਨੂੰ ਬੋਲੀ ਮੈਂ ਕਿਹਾ ਨਾ ਕੋਈ ਪਰਮਿਸ਼ਨ ਦਿੱਲੀ ਕਮੇਟੀ ਦੀ ਗੁਜ਼ਾਰਾ ਹੋਣਾ ਤੇ ਬਣੇਗਾ ਹੀ ਬਣੇਗਾ ਅਗਰ ਠੀਕ ਹੈ ਜੀ ਪਰਮਿਸ਼ਨ ਮੰਗ ਲਿਆ ਨਾ ਕੋ ਜਦ ਉਹਨਾਂ ਨੇ ਸੁਰਨ ਸਿੰਘ ਜੀ ਕੋ ਪਰਮਿਸ਼ਨ ਮੰਗੀ ਕਹਿੰਦੇ ਨੇ ਜੀ ਮੇਰੇ ਕੋਲ ਤਾਂ ਪਰਮਿਸ਼ਨ ਹੀ ਕੋਈ ਨਹੀਂ ਹੈ ਦੂਜੀ ਗੱਲ ਸੁਣ ਰਹੇ ਹੋ ਜੀ ਸੁਣ ਰਹੇ ਵੀਰ ਜੀ ਮੈਂ ਸੁਣ ਰਿਹਾ ਆਪ ਜੀ ਦੀ ਗੱਲ ਹਾਂ ਤੇ ਦੂਜੀ ਗੱਲ ਚਲੋ ਕਿਸੇ ਨੌਲੇਜ ਪਾ ਕੇ ਅਗਰ ਕੋਈ ਫਿਰਦੇ ਮਰੂ ਪਿੱਛਾ ਸ਼ੇਗਨ ਸਾਹਿਬ ਜਿਸ ਤਰ੍ਹਾਂ ਤੋਂ ਸੇਵਾ ਹੈ ਮੇਰੇ ਕੋਲ ਬੰਗਲਾ ਸਾਹਿਬ ਹੈ ਕੋਈ ਅਗਰ ਪ੍ਰੇਮੀ ਸੇਵਾ ਕਰਨਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਕਹਿੰਦੇ ਠੀਕ ਹੈ ਜੀ ਤੁਸੀਂ ਆਪਣੇ ਹੈ ਤੁਹਾਨੂੰ ਆਪਣੇ ਪ੍ਰਬੰਧਕ ਨਾਲ ਮਿਲਾ ਦਿੰਦੇ ਹਾਂ ਤੇ ਉੱਥੋਂ ਤੁਹਾਨੂੰ ਜੋ ਇੱਛਾ ਤੁਹਾਡੀ ਪੂਰੀ ਹੋਏਗੀ ਪਰਮਿਸ਼ਨ ਲੈ ਕੇ ਤੁਸੀਂ ਕੰਮ ਸ਼ੁਰੂ ਕਰਦੇ ਹੋ ਤੁਸੀਂ ਜਿਹੜਾ ਹੀ ਹੁੰਦਾ ਨਾ ਵੀਰ ਜੀ ਮੈਂ ਆਪ ਜੀ ਦੀ ਗੱਲ ਇੱਥੇ ਕੱਟਾਂਗਾ ਮੈਂ ਮਾਫੀ ਚਾਹੁੰਦਾ ਜਿਹੜੀ ਆਪ ਜੀ ਦੀ ਤੁਸੀਂ ਹੁਣੇ ਆਪਣੀ ਮੈਨੂੰ ਇਹ ਗੱਲ ਬੋਲੀ ਕਿ ਵੀ ਪੁਰਾਣੀ ਕਮੇਟੀ ਨੂੰ ਵੀ ਇਹ ਥੋੜ੍ਹੀ ਹੈਗੀ ਸੀ ਵੀ ਉਹ ਇਹਦੀ ਦੇਖ ਰੇਖ ਸੰਭਾਲ ਕਰੇ ਆਪਣਾ ਤੇ ਪੁਰਾਣੀ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਸੀਗੇ ਉਹ ਪ੍ਰਧਾਨ ਸਾਹਿਬ ਨੂੰ ਆਪਣਾ ਉਹਨਾਂ ਦੇ ਨਾਲ ਪੂਰੀ ਗੱਲ ਹੈਗੀ ਹੈ ਮੇਰੇ ਕੋਲ ਔਨ ਰਿਕਾਰਡ ਪੂਰਾ ਪ੍ਰੂਫ ਹੈਗਾ ਉਹਨਾਂ ਦੀ ਨੌਲੇਜ ਦੇ ਅੰਦਰ ਉਹ ਸਾਰੀ ਗੱਲ ਪਾਈ ਹੋਈ ਹੈ ਆਪਣਾ ਸਵਰਨ ਸਿੰਘ ਜੀ ਨੇ ਕਿ ਵੀ ਇਸ ਤਰ੍ਹਾਂ ਅਸੀਂ ਮਹਾਰਾਜ ਦਾ ਜਿਹੜਾ ਕਮਰਾ ਹੈਗਾ ਵੀ ਇੱਥੇ ਥੱਲੇ ਬਣਾਉਣ ਜਾ ਰਹੇ ਹਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਕਮਰਾ ਨਹੀਂ ਬਣੇਗਾ ਤੂੰ ਕੌਣ ਇੰਨਾ ਕਮਰਾ ਬਣਾਉਣ ਵਾਲਾ ਮੈਂ ਔਨ ਰਿਕਾਰਡ ਗੱਲ ਕਰ ਰਿਹਾ ਵੀਰ ਜੀ ਮਾਫ਼ੀ ਚਾਹਾਂਗਾ ਹਾਂਜੀ ਹਾਂਜੀ ਕੱਲ ਤੁਸੀਂ ਇੱਥੇ ਤੁਹਾਡੇ ਫਰ ਹੈ ਜਦ ਬਣਾਉਣਾ ਸ਼ੁਰੂ ਹੀ ਕਰਤਾ ਤੇ ਉਹਨਾਂ ਦੀ ਨੌਲੇਜ ਪਹਿਲੇ ਪਾ ਦਿੰਦੇ ਦਿੱਲੀ ਕਮੇਟੀ ਇਲਾਕਾ ਮੈਂਬਰ ਦੀ ਨੌਲੇਜ ਪਾ ਦਿੰਦੇ ਮੈਂ ਬਣਾ ਰਿਹਾ ਮੈਂ ਉਹਨੂੰ ਹੁਣ ਵੀ ਤੇ ਮੈਂ ਪ੍ਰਧਾਨ ਸਾਹਿਬ ਕੋਲ ਪਰਮਿਸ਼ਨ ਲੈ ਕੇ ਬਣਵਾ ਰਿਹਾ ਨਾ ਕੱਲ ਤੋਂ ਸ਼ੁਰੂ ਹੋ ਜਾਏਗਾ ਚਲੋ ਚਲੋ ਵੀਰ ਜੀ ਤੁਹਾਡੀ ਗੱਲ ਨਾਲ ਸਹਿਮਤ ਹੋ ਗਏ ਉਹਨਾਂ ਨੇ ਵੀਰ ਜੀ ਸੁਣੋ ਮੇਰੀ ਗੱਲ ਤੁਹਾਡੀ ਗੱਲ ਨਾਲ ਸਹਿਮਤ ਹੋ ਗਏ ਕਿ ਚਲੋ ਉਹਨਾਂ ਨੇ ਪਰਮਿਸ਼ਨ ਨਹੀਂ ਲਈ ਤੇ ਹਾਂ ਨਹੀਂ ਚਲੋ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਵੱਡੀ ਕਰ ਦਿੰਦਾ ਪਰ ਅਗਰ ਅੱਧਾ ਕੈਬਿਨ ਬਣ ਜਾਂਦਾ ਸੁਣੋ ਮੇਰੀ ਗੱਲ ਵੀਰ ਜੀ ਅੱਧਾ ਕੈਬਿਨ ਬਣ ਜਾਂਦਾ ਹੈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਸੀਗਾ ਕਿ ਅਸੀਂ ਅੱਧਾ ਕੈਬਿਨ ਬਣ ਗਿਆ ਉਹਨੂੰ ਉੱਥੇ ਹੀ ਰੋਕ ਦਿੰਦੇ ਤੁਹਾਡੇ ਸਾਹਮਣੇ ਦਰਿਆਗੰਜ ਦੀ ਗ੍ਰੰਥੀ ਪੈ ਤੇ ਨਾ ਮੁਝੇ ਤੁਹਾਨੂੰ ਪੁੱਛੋ ਉਹਨਾਂ ਨੂੰ ਮੈਂ ਕੀ ਕਿਹਾ ਜਿੰਨਾ ਬਣ ਗਿਆ ਰੋਕ ਦੋ ਹਾਂ ਮੈਂ ਆ ਰਿਹਾ ਉਖੜਵਾਇਆ ਕਿੰਨੇ ਸੁਣੋ ਨਾ ਉਹਨਾਂ ਨੇ ਉਹ ਜਿਹੜੇ ਬੰਦੇ ਉੱਥੇ ਗਏ ਸੀ ਕਿਹੜੇ ਬੰਦੇ ਸੁੰਦਰੀਕਰਨ ਹੋਇਆ ਗੁਰਦੁਆਰੇ ਦਾ ਇਹ ਸਭ ਲੋਕਲ ਕਮੇਟੀ ਨੇ ਖਰਚਾ ਕੀਤਾ ਹੈ ਚਾਹੇ ਉਹ ਪਾਲਕੀ ਸਾਹਿਬ ਹੈ ਚਾਹੇ ਉਹ ਕਾਰਪੈਟ ਹੈ ਚਾਹੇ ਪਿੱਛੇ ਲਗਾਇਆ ਹੈ ਜਾਂ ਵਾਲਪੇਪਰ ਲਗਾਇਆ ਵੀਰ ਜੀ ਮੈਂ ਮਾਫੀ ਚਾਹਾਂਗਾ ਦੇਖੋ ਹਰ ਸਿੱਖ ਦਾ ਇਹ ਫਰਜ਼ ਹੈਗਾ ਉਹ ਗੁਰੂ ਘਰ ਦੇ ਵਿੱਚ ਜੋ ਵੀ ਉਪਰਾਲਾ ਆਪਣਾ ਕਰਨਾ ਚਾਹੇ ਉਹ ਕਰ ਸਕਦਾ ਵੇ ਉਹ ਉਹਨੂੰ ਪੂਰੀ ਗੁਰੂ ਸਾਹਿਬ ਵੱਲੋਂ ਪੂਰੀ ਉਹਨੂੰ ਇਜਾਜ਼ਤ ਹੈ ਇਸ ਗੱਲ ਦੀ ਲੇਕਿਨ ਬਟ ਮੈਂ ਇਹ ਗੱਲ ਹਾਂਜੀ ਲੇਕਿਨ ਮੈਂ ਇਹ ਗੱਲ ਕਹਿੰਦਾ ਕਿ ਜਦ ਤੁਸੀਂ ਗੁਰੂ ਘਰ ਆਪਣੇ ਅੰਡਰ ਕਮੇਟੀ ਦੇ ਵਿੱਚ ਅੰਦਰ ਦਿੱਤਾ ਹੋਇਆ ਵੇ ਤੇ ਕੀ ਤੁਹਾਡੀ ਤੁਸੀਂ ਇੱਥੇ ਦੇ ਮਤਲਬ ਮੌਜੂਦਾ ਮੈਂਬਰ ਹੋ ਤੁਹਾਡੀ ਵੀ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਗੁਰੂ ਘਰ 'ਚ ਆ ਕੇ ਇੱਕ ਵਾਰੀ ਦੇਖੋ ਵੀ ਗੁਰੂ ਘਰ 'ਚ ਕੀ ਦਿੱਕਤ ਹੈ ਹੁਣ ਸੁਖਾਸਨ ਸਾਹਿਬ ਜਿਹੜਾ ਕਮਰਾ ਬਾਰਾ ਦਾ ਹੈਗਾ ਵੇ ਜੋ ਦਿੱਕਤ ਮੈਨੂੰ ਕਹਿੰਦੇ ਨੇ ਮੈਂ ਦੂਰ ਕਰਾਂ ਤੂੰ ਗੱਲਾਂ ਹੈਗੀਆਂ ਦੂਜੀ ਗੱਲ ਹੋਰ ਸੁਣੋ ਜਿਹੜੀ ਸਰਨ ਸਿੰਘ ਦੀ ਬਦਲੀ ਹੋਈ ਹੈ ਨਾ ਹਾਂਜੀ ਹਾਂਜੀ ਉਹ ਪੁੱਛੇ ਬਗੈਰ ਉਹਨਾਂ ਨੇ ਮੈਂ ਸਗੋਂ ਲੜਿਆ ਤੇ ਕਮੇਟੀ ਜਾ ਕੇ ਮੇਰਾ ਨਾਂ ਕਿੰਨੇ ਯੂਜ਼ ਕੀਤਾ ਮੈਂ ਤੁਹਾਨੂੰ ਕਹੋ ਤੇ ਨੰਬਰ ਤੇ ਹੁਣੇ ਤੇਰੇ ਗੰਦੇ ਜਿਹੜੇ ਗੰਦੇ ਬੈਠੇ ਆ ਨਾ ਹਾਂਜੀ ਇਹਨਾਂ ਦੇ ਵਟਸਐਪ ਤੇ ਮੈਂ ਲੈਟਰ ਸੈਂਡ ਕਰ ਰਿਹਾ ਹਾਂ ਜੋ ਮੌਜੂਦਾ ਸਿੰਘ ਸਭਾ ਆਪਣੇ ਲੈਟਰ ਪੈਡ ਦੇ ਉੱਤੇ ਉੱਥੇ ਲਿਖ ਕੇ ਦੇ ਕੇ ਆਈ ਹੈ ਹਾਂਜੀ ਵੀਰ ਜੀ ਉਹਨਾਂ ਨੇ ਕੰਪਲੇਂਟ ਕਿਉਂ ਕੀਤੀ ਸੀਗੀ ਉਹ ਐ ਕੀਤੀ ਜਦ ਇਹਨਾਂ ਦੀ ਆਪਸ ਗਾਲੀ ਗਲੋਚ ਹੋਈ ਨਾ ਸੁਖਾਸਨ ਵਾਲੇ ਕਮਰੇ ਨੂੰ ਲੈ ਗਏ ਨਾ ਨਹੀਂ ਹਾਂ ਹੋਈ ਨਾ ਜੀ ਨਹੀਂ ਉਹਨਾਂ ਨੇ ਐ ਨਹੀਂ ਨਹੀਂ ਉਹਨਾਂ ਨੇ ਐ ਕਿਹਾ ਸੀ ਸਿੰਘ ਸਭਾ ਨੇ ਕਿ ਠੀਕ ਹੈ ਤੁਸੀਂ ਬਣਾਉਣਾ ਬਣਾਓ ਸਾਡੀ ਨੌਲੇਜ ਪਾ ਦਿਓ ਜਾਂ ਦਿੱਲੀ ਕਮੇਟੀ ਤੋਂ ਪਰਮਿਸ਼ਨ ਲਿਆਓ ਤੇ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਭਾਜੀ ਮੈਨੂੰ ਇੱਕ ਗੱਲ ਦੱਸੋ ਕੋਈ ਕੰਮ ਮਾੜਾ ਤਾਂ ਨਹੀਂ ਕਰ ਰਹੇ ਸੀ ਨਾ ਮੇਰੀ ਗੱਲ ਤੁਸੀਂ ਜਿਹੜੀ ਕੰਪਲੇਂਟ ਕੀਤੀ ਜਾਂ ਉਹਨੂੰ ਪਰਮਿਸ਼ਨ ਦਿੱਤੀ ਤੁਹਾਡਾ ਸਵਰਨ ਸਿੰਘ ਗ੍ਰੰਥੀ ਸਿੰਘ ਜਿਹੜਾ ਇੱਥੇ ਲੱਗਾ ਸੀ ਦਾਰੂ ਪੀਂਦੇ ਤਾਂ ਨਹੀਂ ਫੜਿਆ ਗਿਆ ਸ਼ਰਾਬ ਖਾਂਦੇ ਪੀਂਦੇ ਕੋਈ ਹਾਂਜੀ ਮੇਰੀ ਗੱਲ ਹੋਰ ਸੁਣੋ ਜੀ ਸਰ
ਮੇਰੀ 25 ਸਾਲ ਤੋਂ ਉਹਦੀ ਵਾਕਫੀਅਤ ਹੈ ਜਸਵੰਤ ਸਿੰਘ ਜੀ ਹੁਣੇ ਪ੍ਰਮੋਟ ਕਰਾਇਆ ਪਹਿਲੇ ਅੱਜ ਜਥੇਦਾਰ ਸੀ ਗ੍ਰੰਥੀ ਸਿੰਘ ਤੇ ਹੁਣੇ 2 ਮਹੀਨੇ ਪਹਿਲੇ ਬਣਿਆ ਬਹੁਤ ਧੰਨਵਾਦ ਹੈ ਤੁਹਾਡਾ ਚੰਗੇ ਬੰਦਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਪਰ ਮੈਨੂੰ ਇੱਕ ਗੱਲ ਦੱਸੋ ਵੀਰ ਜੀ ਔਰ ਦੂਜੀ ਗੱਲ ਸੁਣੋ ਜਨਵਰੀ ਨੌਲੇਜ ਚਾਹੀਏ ਨਾ ਵੀ ਹੈ ਕਿ ਇਹਨਾਂ ਨੇ ਇਸ ਬਦਲੀ ਉਸੇ ਵੇਲੇ ਮੈਂ ਪ੍ਰਧਾਨ ਕੋ ਗਿਆ ਮੈਂ ਕਿਹਾ ਜੀ ਹੁਣ ਤੇ ਬਣੇਗਾ ਬਣੇਗਾ ਸੁਭਾਸ਼ਨ ਉੱਤੇ ਅਸੀਂ ਚਾਹੇ ਮੈਨੂੰ ਜਾ ਕੇ ਬਣਵਾਉਣਾ ਨਾ ਪਏ चलो ठीक है उन्होंने आपस जो भी कहा सुनी हुई ठीक है कंप्लेंट तो ऐसी विषय से हुई ना कि उन्होंने सुखासन वाला कमरा जरा बनाने वास्ते परमिशन नहीं ली हां जी दसो कंप्लेंट ऐसी विषय से हुई कि जब असीं क्या भी बह के गल सुलझा लांगे कमेटी मैंबर भी आ जाएगा असीं कमेटी चले जांगे रघावन साहब तुसी भी आ जाओ असीं बैठ जांगे जो थी दरियागंज वीर जी सुनो मेरी गल पहले वीर जी इस गल का जवाब दवो कि जब दरियागंज की कमेटी खुद चाहती है कि सुखासन वाला कमरा बना दईए ते अगर भाई बना रहा सी ते कंप्लेंट किस गल दी और तुसी एज ए जेतू मेंबर ए भी तो कह सकते सी कि कंप्लेंट ना करो सुखासन वाला कमरा सी रल मिलके बना लांगे ਭਾਜੀ ਉੱਥੇ ਲਿਖਿਆ ਤੁਹਾਡੀ ਸਿਫਾਰਿਸ਼ ਦੇ ਨਾਲ ਉਹਦਾ ਤਬਾਦਲਾ ਹੋ ਰਿਹਾ ਇਹੀ ਗੱਲ ਹੈ ਤੁਹਾਨੂੰ ਮੈਂ ਉਹਦੀ ਕਲੀਅਰ ਕਰਨਾ ਚਾਹਨਾ ਜੀ ਦੱਸੋ ਕਲੀਅਰ ਕਰੋ ਵੀਰ ਜੀ ਕੁਝ ਲਾਲੀ ਸੁਣੋ ਨਾ ਇਹੀ ਗੱਲ ਹੈ ਨਾ ਜਦ ਮੈਂ ਉਹਨਾਂ ਨੂੰ ਉੱਥੇ ਰਕਾਵਾਂ ਜਗ੍ਹਾ ਲੜਿਆ ਕਿ ਮੈਂ ਤੁਹਾਨੂੰ ਕਦੋਂ ਕਿਹਾ ਹੈ ਕਿ ਅਸੀਂ ਬਦਲੀ ਕਰਦੇ ਹੋ ਜਾਂ ਤੁਸੀਂ ਮੈਂ ਨੌਲੇਜ ਪਾਈ ਹੈ ਹੁਣ ਤੇ ਮੈਂ ਅੜ ਗਿਆ ਹਾਂ ਹੁਣ ਤੇ ਮੈਂ ਉੱਥੇ ਬਣਵਾਵਾਂਗਾ ਹੀ ਬਣਵਾਵਾਂਗਾ ਉੱਥੇ ਖੜਾ ਹੋ ਕੇ ਬਣਵਾਵਾਂਗਾ ਮੈਨੂੰ ਪਰਮਿਸ਼ਨ ਦਿਓ ਅੱਛਾ ਹੁਣ ਇਹ ਜਿਹੜਾ ਸੁਖਾਸਨ ਵਾਲਾ ਕਮਰਾ ਬਣੇਗਾ ਇਹ ਹੁਣ ਇਹਦਾ ਜਿਵੇਂ ਉਧਰੋਂ ਪਰਮਿਸ਼ਨ ਹੋ ਗਈ ਹੈ कारण कोई भी रहे हों रीजन कोई भी रहा हो बनते महाराज का कमरा रहा सी ना महाराज का कमरा बन रहा सी ना नहीं नहीं महाराज का कमरा उखाड़न दी महाराज का कमरा उखाड़न दी परमिशन मतलब की जड़ी हैगी है वो किन्नू हैगी है की हक हैगा किसी नू है पिंकी जी माफी चाहते हैं एक ना छोटा जा सवाल है लंबी बहस ही नहीं पाते किसी के भोग से कह रहे हो जा रहे हो बेनती सुनो नहीं भाई साहब एक मिनट मेरा सवाल सुन लो भाई साहब जी पंजाबी दी ना एक बड़ी पुरानी कहावत है दो खसमी रन दा घर कदी नहीं वस सकदा सानू तां हल तक आई समझ नहीं आ रहा कि इस कमेटी दे विचकार दिल्ली कमेटी दी कंट्रोलिंग है या हरभजन सिंह दी जिहड़ी पुरानी कमेटी है माफ करना अगर आईओ कमेटी एक मिनट पिंकी जी मेरी गल पूरी होण दिओ अगर आईओ गुरद्वारा सरना पार्टी दे किसी मैंबर दा हुंदा तुसीं उहनूं दखलअंदाजी करन देंदे मैं गड्डी रोक के खड़ा हुआ मैं अगले 4 बजे तक दस पहले तुसीं कल आओगे दोबारा इत्थे बिल्कुल वेलकम किन्ने बजे आओगे तुसीं कह रहे हो कल काम शुरू होना है किन्ने बजे असीं आईए जदों सानूं काम चल रहा है दिखाई देवे मैं कार्यक्रम कल विश्वकर्मा डे ते नहीं कर मते कुछ नहीं विश्वकर्मा डे अज हैगा जी कल ते टिक्का हैगा बामणा दा जी ना सर असीं मनांदे हुंदे जी मैनूं पता ना ना दिवाली तों बाद हुंदा ना भैया दूजी है विश्वकर्मा डे ठीक है मैं उहनां कोल जिहड़ियां कोई परपाजी गल कर देना उहनें पुछ लेना ते तुसी नहीं 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 छोटी जी आखिरली बेनती तुसी कह रहे हो कल तो काम शुरू हो जाएगा सानू समा दस दियो जदों इत्थे काम चलदा है असीं भी देख लीए ते तुहाडे दर्शन भी हो जाण आपां मीडिया दे अंदर लाइव भी कर देंगे कि हां जी पिंकी जी और दिल्ली कमेटी दे सहयोग नाल काम हो रहा है दरियागंज मेरा ही नंबर है
मेन गल की है कि जेड़े जेड़े भी सिंह जेड़े भी अपना जागदी जमीर वाले सिंह ने जो अपना इस चीज ते पहरा देंदे कि गुरु घर दे विच बेदबी ना होए उन्हां दी दरअसल बदली कर दिती जांदी है। मैं तो अंदाजा तुसी कमेटी दे मेंबर हो एज ए कमेटी दे मेंबर होने के नाते मैं तुहानू एक सवाल पुछदा मैं रविंदर सिंह संधू बोल रहा जी बस मेरे एक सवाल का जवाब दे के मैं फोन रख रहा एन ब्लॉक मंगोलपुरी दे गुरुद्वारे विच ग्रंथी साहब शराब पींदे होए फड़े जाते ने पूरी वीडियो साडे कोल है और ओदे बावजूद भी कि जिहड़ी कमेटी है ओ उत्थे हले तक उत्थे बंदा उत्थे बैठा होया ग्रंथी साहब उत्थे एदे वास्ते जो जाती होई है मैं ओदे नाल खड़ा जी नाल खड़ा मैं खड़ा ही खड़ा नहीं नहीं तुहाडा की जवाब है तुहाडा एदे विच की जवाब है वीर जी तुहाडा एदे विच की जवाब है तुसी मेरी गल हां जी जी मेरी नॉलेज इन अरे मैं नॉलेज पा ते देता तुहाडी हुण हां जब बदली नहीं होई जी नॉलेज गलत की रिएक्शन होना चाहिए एक्शन होना चाहिए ना ते जेड़ा बंदा उस चीज ते पहरा दे रहा है ओदी जेड़ा बंदा उस चीज ते पहरा दे रहा है तुसी ओदी ट्रांसफर कर दित्ती जेड़ा बंदा उस चीज उत्ते पहरा दे रहा है ओदी तुसी रंजीत सिंह दी ट्रांसफर करती एक काम तुसी होर करना हां जी कल जे तू बैठांगे ना परसों हां जी साडे को सुन सिंह दा नंबर होएगा ना सब दे नंबर हैगे मेरे को दरियागंज गुरुद्वारे संगति रूप च मिलांगे अथी बैठ के गल करांगे परसों बिलकुल सर स्वाद आ जाएगा ना स्वाद ठीक है जी बहुत है वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह। संगत जी जिस तरह की आप जी ने सारी गलबात सुनी होना अपना जिहड़ी पिंकी नाल गल साडी हुई है परसों हुण असीं आवांगे मैं संगत दे अगे एक बेनती जरूर करना चाहना कि हुण आने वाले टाइम दे विच गुरुद्वारे घर दी इलैक्शन जिहड़ी हुण आ रही ने ते अपनी वोट की कीमत नूं समझो और मेरी हाथ जोड़ के यह बेनती है कि गुरु घर दे विच ओ मैंबर लैके आओ जो गुरु घर दी अपना मर्यादा का पूरा ध्यान रखे गुरु घर दे विच कोई बेदबी ना होन दे ए मेरी हाथ जोड़ के आप जी दे अगे बेनती है। ऐसे मैंबर उन्हां लैके आओ कि जिहड़ा अपनी मुछ दा सवाल बना लैण कि जिहड़ा बंदा कोई अगर उस चीज़ ते पहरा दिंदा है ओहदी ओह ट्रांसफर कर दिंदे ने और उस नूं अपना बड़ा माण महसूस करदे ने जी मैं ते कमेटी दे अंदर आ मैं कुछ भी कर सकदा ते मैं उन्हां वीरां नूं भी इह दस देवां कि रब दी मार जदों पैणी है उदों पता भी नहीं लगना ते इह काम छड्ड दो इहो जिहे गंदे काम ना करो अपना गुरु घर दे विच बेदबियां आप ना कराओ अपना इहो जिहे गलत काम जिहड़े हैगे ने छड्ड दो यही मेरी बेनती है कि अपनी वोट की कीमत समझो और अगे जो मैंबर ने सारे मेरे वीर का बहुत बहुत धन्यवाद अपना जो भी मेरे वीर अपना सारे मेरे नाल अपना चल के आए जागदी जमीर वाले और परसों अपना सारे असी फिर इसी जगह ते आवांगे आप जी नूं सारा वेरवा परसों फिर दांगे। वाहिगुरु जी का खालसा वाहिगुरु जी की फतेह।